ਤੁਹਾਡੀ ਗੱਲ ਸੁਣ ਕੇ ਕੱਲ ਜਿਹੜੀ ਨਰੂ ਮਰੇ ਨਰ ਕਾਮਨਾ ਆਵੇ ਹਾਂਜੀ ਪਸ਼ੂ ਮਰੇ ਦਸਕਾਸ ਬਾਰੇ ਉੱਧਰ ਮੈਨੂੰ ਡਾਊਟ ਪੈ ਗਿਆ ਸੀਗਾ ਮੈਂ ਅੱਜ ਆਉਣ ਤੋਂ ਪਹਿਲਾਂ ਇਹ ਕੁਐਸਚਨ ਦਾ ਆਂਸਰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਪੰਨਾ 685 'ਤੇ ਜਿਹੜੇ ਆਪਣੇ ਭਾਈ ਕਾਹਨ ਸਿੰਘ ਨਾਭਾ ਦਾ ਉਹਨਾਂ ਦਾ ਮਹਾਂਕੋਸ਼ ਹੈਗਾ ਉਹਦੇ 'ਚ ਉਹਨਾਂ ਨੇ ਨਰੂ ਦਾ ਮਤਲਬ ਨਰ ਲਿਖਿਆ ਮਨੁੱਖ ਲਿਖਿਆ ਅੱਛਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜੇ ਫਰਦਰ ਕਲੈਰੀਫਿਕੇਸ਼ਨ ਵਾਸਤੇ ਇਹ ਜਿਹੜਾ ਨਰੂ ਦਾ ਜਿਹੜਾ ਲਫਜ਼ ਇਹ ਹੈਗਾ 685 ਪੰਨਾ 'ਤੇ ਅਤੇ ਉਹਨਾਂ ਨੇ ਕਿਹਾ ਨਾਲ ਹੀ ਦੇਖੋ 683 ਪੇਜ 'ਤੇ ਉਹਨਾਂ ਨੇ ਕਿਹਾ ਵੀ ਨਰ ਅਤੇ ਸੁਰ ਹੋਏ ਜਾਤ ਨਰ ਅਤੇ ਸੁਰ ਜਾਤ ਹੋਏ ਸੋਰੀ ਮੈਂ ਗਲਤ ਹੋ ਗਿਆ ਨਰ ਅਤੇ ਸੁਰ ਹੋਏ ਜਾਤ ਨਿਮਕ ਮੈਂ ਮਤਲਬ ਉਹਨਾਂ ਨੇ ਕਿਹਾ ਵੀ ਨਰੂ ਅਤੇ ਨਰ ਦਾ ਮੈਨੇ ਕੋਈ ਆ ਤੁਸੀਂ ਪਲੀਜ਼ ਫਰਦਰ ਕਲੈਰੀਫਾਈ ਕਰ ਦਿਓ ਬਹੁਤ ਹਾਂਜੀ ਮੈਨੂੰ ਬਾਣੀ ਪੜ੍ਹ ਕੇ ਇਤਨੀ ਸਮਝ ਆਈ ਹੈ ਕਿ ਗੁਰਬਾਣੀ ਵਿੱਚ ਇਸ ਮਨ ਨੂੰ ਨਰ ਵੀ ਕਿਹਾ ਮਨੁੱਖ ਵੀ ਕਿਹਾ ਇਸ ਮਨ ਨੂੰ ਪ੍ਰਾਣੀ ਵੀ ਕਿਹਾ ਰਾਈਟ ਇਸ ਤਰੀਕੇ ਨਾਲ ਬੜੇ ਸਾਰੇ ਉਹ ਲਫ਼ਜ਼ ਵਰਤੇ ਗਏ ਨੇ ਸੋ ਜਦੋਂ ਮੈਂ ਮਨੁੱਖਤਾ ਦੇ ਤਲ ਤੋਂ ਢਹਿ ਪੈਂਦਾ ਹਾਂ ਮਨੁੱਖਤਾ ਦੇ ਤਲ ਤੋਂ ਸਤਿਗੁਰ ਦੀ ਮਤ ਲੈ ਕੇ ਬਹੁਤ ਚਿਰ ਨਹੀਂ ਲੱਗਦਾ ਅੱਖ ਨਿਮਕ 'ਚ ਟਰਾਂਸਫਾਰਮੇਸ਼ਨ ਹੋ ਜਾਂਦੀ ਹੈ ਟਰਾਂਸਫਾਰਮੇਸ਼ਨ ਇਜ਼ ਇਮੀਡੀਏਟਲੀ ਯੂ ਟਰਨ ਉਹਨੂੰ ਕਹਿੰਦੇ ਨੇ ਪੈਰਾਡਿਮ ਸ਼ਿਫਟ ਜਦੋਂ ਆਏਗਾ ਬਲਿਹਾਰੀ ਗੁਰ ਆਪਣੇ ਦਿਵਾੜੀ ਸਦਵਾਰ ਅੱਗੇ ਕੀ ਆਇਆ ਅੱਗੇ ਜਿਨ ਮਾਣਸ ਤੇ ਦੇਵਤੇ ਕੀ ਹੈ ਹੁਣ ਮੈਂ ਮਾਣਸ ਹਾਂ ਮੇਰੇ ਮਨ ਦੀ ਢਹਿੰਦੀ ਕਲਾ ਦੀ ਅਵਸਥਾ ਨੂੰ ਉੱਥੇ ਮਾਣਸ ਕਿਹਾ ਜਿਨ ਮਾਣਸ ਤੇ ਅਦਰਵਾਈਜ਼ ਤੇ ਅਸੀਂ ਇਸ ਨੂੰ ਮਾਣਸ ਆਲਰੇਡੀ ਮੰਨ ਰਹੇ ਹਾਂ ਗੁਰੂ ਪਾਤਸ਼ਾਹ ਜਿਹੜੀ ਲੈਂਗੁਏਜ ਯੂਜ਼ ਕਰ ਰਹੇ ਨੇ ਉਹਦੇ 'ਚ ਕਹਿ ਰਹੇ ਨੇ ਮੇਰੀ ਢਹਿੰਦੀਆਂ ਕਲਾ ਵਾਲੀ ਈਵਲ ਥੋਟਸ ਵਾਲੀ ਜਿਹੜੀ ਕਰੈਕਟਰ ਦੀ ਬਿਹੇਵੀਅਰ ਦੀ ਸ਼ਖਸੀਅਤ ਬਣ ਗਈ ਹੈ ਪਰਸਨੈਲਿਟੀ ਬਣ ਗਈ ਹੈ ਉਸ ਨੂੰ ਜਿਨ ਮਾਣਸ ਤੇ ਦੇਵਤੇ ਕੀ ਹੈ ਹੁਣ ਮੈਨੂੰ ਗੁਰਮਤ ਦੇਵੀ ਦੇਵਤੇ ਮੰਨਦੇ ਨਹੀਂ ਹੈ ਫਿਰ ਗੁਰਮਤ ਵਿੱਚ ਦੇਵ ਪਦ ਦੇਵਤੇ ਦਾ ਮਤਲਬ ਹੁੰਦਾ ਹੈ ਆਈਡੀਅਲਸ ਦੇ ਨਾਲ ਵਰਚਿਊਸ ਦੇ ਨਾਲ ਜੀਣ ਵਾਲੀ ਸ਼ਖਸੀਅਤ ਜਿਨ ਮਾਣਸ ਤੇ ਦੇਵਤੇ ਕੀ ਹੈ ਕਰਤਨਾ ਲਾਗੀ ਵਾਰ ਇਕਦਮ ਗੁਰੂ ਦੀ ਗੱਲ ਜੋ ਹੀ ਸਮਝ ਆਉਂਦੀ ਹੈ ਕਿ ਮੈਂ ਕੀ ਅਵਗੁਣ ਕਰ ਰਿਹਾ ਉਸ ਅਵਗੁਣ ਦੀ ਅਵਸਥਾ ਨੂੰ ਮਾਣਸ ਕਹਿੰਦੇ ਨੇ ਨਰ ਕਹਿੰਦੇ ਨੇ ਨਰੂ ਕਹਿੰਦੇ ਨੇ ਜਿਹੜਾ ਸ਼ਬਦ ਅਸੀਂ ਪੜ੍ਹਿਆ ਉਹਦੇ ਵਿੱਚ ਨਰੂ ਉਸਦਾ ਐਡਜੈਕਟਿਵ ਹੈ ਕਿ ਇਹ ਮਨ ਕਿਸ ਤਰ੍ਹਾਂ ਇਨਸਾਨੀਅਤ ਦਾ ਕੰਮ ਛੱਡ ਕੇ ਪਸ਼ੂਤਾ ਵਾਲਾ ਕਰਦਾ ਠੀਕ ਹੈ ਜੀ ਥੈਂਕ ਯੂ ਮੇਰਾ ਕੁਐਸਚਨ ਬੜਾ ਪਰਸਨਲ ਵੀ ਹੈ ਅਤੇ ਜਨਰਲ ਵੀ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਕਿਸ ਤਰ੍ਹਾਂ ਮੋੜੀਏ ਵੀ ਡੋਂਟ ਹੈਵ ਕਮਿਊਨੀਕੇਸ਼ਨ ਵਿਦ ਦਾ ਚਿਲਡਰਨ ਐਂਡ ਚਿਲਡਰਨ ਆਰ ਗੋਇੰਗ ਅਵੇ ਫਰੋਮ ਦਾ ਸਿੱਖੀ ਸਾਨੂੰ ਆਪ ਸਿੱਖ ਬਣਨਾ ਨਹੀਂ ਸਿੱਖੀ ਸਰੂਪ ਹਾਂ ਪਰ ਸਿੱਖੀ ਸਾਨੂੰ ਉਹ ਨਹੀਂ ਆ ਪਾ ਰਹੀ ਜਿਹੜੀ ਅਸੀਂ ਬੱਚਿਆਂ ਨੂੰ ਦੇ ਸਕੀ ਜਾਂ ਬੱਚਿਆਂ ਨੂੰ ਅਸੀਂ ਕਨਵੇ ਨਹੀਂ ਕਰ ਪਾਏ ਹਾਊ ਟੂ ਅਨੁਸਾਰ ਵੈਸਾ ਜੀਵਨ ਜੀ ਹੀ ਨਹੀਂ ਰਿਹਾ ਇਟਸ ਨਾਟ ਬੀਇੰਗ ਡਿਸਪਲੇਡ ਦੈਟਸ ਰਾਈਟ ਸੋ ਹਾਊ ਵੀ ਸ਼ੁੱਡ ਡੂ ਨਾਓ ਵਿਦ ਦਾ ਚਿਲਡਰਨ ਸੋ ਦੈਟ ਦੇ ਸ਼ੁੱਡ ਕਮ ਬੈਕ ਵੀ ਸ਼ੁੱਡ ਲਰਨ ਪਿਥਵੇ ਮਨ ਪ੍ਰਬੋਧ ਦੇ ਆਪਣਾ ਪਾਛੇ ਹੋ ਰਿਹਾ ਹੈ ਆਈ ਅੰਡਰਸਟੈਂਡ ਵਾਟ ਯੂ ਆਰ ਸੇਇੰਗ ਬਟ ਦ ਟਾਈਮ ਇਜ਼ ਪਾਸਡ ਅਵੇ ਦੈਨ ਹਾਊ ਚਿਲਡਰਨ ਕਮ ਬੈਕ ਦੈਟਸ ਦਾ ਥਿੰਗ ਸੇ ਫਾਰ ਐਗਜ਼ਾਮਪਲ ਮੇਰੇ ਕੋਲ ਕੋਈ ਵੀ ਜਾਦੂ ਦੀ ਛੜੀ ਨਹੀਂ ਹੈ ਮੈਂ ਇਤਨਾ ਸਿਆਣਾ ਨਹੀਂ ਹੋ ਗਿਆ ਕਿ ਪੂਰੀ ਕੌਮ ਦੇ ਬੱਚੇ ਜੇ ਗਲਤ ਪਾਸੇ ਟੁਰ ਪੈਂਦੇ ਤਾਂ ਉਹਨਾਂ ਸਿੱਧੇ ਪਾਸੇ ਕਿਵੇਂ ਪਾਉਣਾ ਮੈਂ ਬੜਾ ਹੰਬਲੀ ਰਿਕੁਐਸਟ ਕਰ ਰਿਹਾ ਕਿ ਸਾਡਾ ਡਿਸਪਲੇ ਕਿਧਰੇ ਗਲਤ ਹੋ ਗਿਆ ਸਾਨੂੰ ਦੁਬਾਰਾ ਤੋਂ ਸੋਚਣਾ ਚਾਹੀਦਾ ਕਿ ਮੰਮੀ ਪਾਪਾ ਨੂੰ ਨਾਨਾ ਨਾਨੀ ਨੂੰ ਦਾਦਾ ਦਾਦੀ ਨੂੰ ਕਿਹੋ ਜਿਹਾ ਜੀਣਾ ਚਾਹੀਦਾ ਜਿਹਨੂੰ ਨੈਕਸਟ ਜਨਰੇਸ਼ਨ ਲੈ ਕੇ ਰੋਲ ਮਾਡਲ ਬਣਾ ਕੇ ਫੋਲੋ ਕਰ ਸਕੇ ਉਹਦੇ ਵਿੱਚ ਤੁਸੀਂ ਔਰ ਮੈਂ ਅਸੀਂ ਸਾਰੇ ਵਿਕਟਿਮ ਹਾਂ ਕਿ ਅਸੀਂ ਠੀਕ ਜੀ ਨਹੀਂ ਰਹੇ ਯੂ ਆਰ ਰਾਈਟ ਪਰ ਹਾਊ ਟੂ ਚੇਂਜ ਆਵਰ ਮੋਡ ਆਫ ਲਾਈਫ ਸੋ ਦੈਟ ਚਿਲਡਰਨ ਕੈਨ ਕਮ ਬੈਕ ਆਰ ਦੇ ਥਿੰਕ ਦੈਟ ਵਟ ਇਜ਼ ਰਾਈਟ ਲਾਈਫ ਫਾਰ ਅਸ ਓਨਲੀ ਆਪਣਾ ਆਪ ਸਵਾਰੇ ਮੈਂ ਮਿਲਿਆ ਮੈਨੂੰ ਵੀ ਇਹ ਬਿਮਾਰੀ ਨਜ਼ਰ 'ਤੇ ਆ ਰਹੀ ਹੈ ਪਰ ਮੈਨੂੰ ਇਹਦਾ ਰਿਜ਼ਲਟ ਇਹਦਾ ਸੋਲੂਸ਼ਨ ਇਹ ਸਮਝ ਆਇਆ ਕਿ ਅਸੀਂ ਠੀਕ ਨਹੀਂ ਜੀ ਰਹੇ
रेस्ट गुरु साहब यही कहेंगे आप सवारे मैं मिले मैं मिलिया सुख होए जे तू मेरा होए रे सब्जेक्ट तेरा होए मनु गुरु साहब कह रहे तू अपना आप सवार इन दैट केस मैं अपना सवार सवार रहा मान लीजिए मान लो किस तरह मान लीजिए जीवे तो है नहीं उन्हें जीवे मतलब हाइपोथीसिस होएगी हाइपोथेटिकल एक काम कर रहे हैं मान लो जीवन तो खैर असि गुरबाणी वाले नहीं जी रहे या कि इट इज पास दैट वी हैव लॉस्ट द टाइम नाउ फॉर एग्जाम्पल से वी आर अनेबल टू कम्युनिकेट विद द चिल्ड्रन नाउ सेड दिस इज द राइट वे फॉर यू एंड इन फैक्ट पेरेंट्स आर नॉट कम्युनिकेटिंग देमसेल्फ व्हाट इज देयर व्हाट शुड बी द राइट पाथ पेरेंट्स आर नॉट कम्युनिकेटिंग विद ईच अदर दैट्स व्हाट नॉट इवन विद चिल्ड्रन दे आर नॉट कम्युनिकेटिंग विद ईच अदर दीस आर द प्रॉब्लम दे आर डरे अवे फ्रॉम ईच अदर No, they are not there for each other. They are ignored. That this is not the way. Let the people. Let's we go as people go. That is the way. But somebody knows that this is not right way. नहीं पर मैं ये बेंती कर रहा जिधर मम्मी पापा आपस ही लड़े रहने ने या एक दूसरे को लो डरे रहने ने वो की इफेक्ट देंगे बच्चे को. They will not give any right. तो वो जाके बच्चे आ कहेगा शादी करानी नहीं चाहिए मम्मी ये आपके पति जैसा पापा को आपने ही बर्दाश्त किया है मैं नहीं करूंगी रिलेशनशिप कितों शुरू हुई है बच्चा ने साडा समाज वेख्या और वड्डे कितने पुगे हुए ने वड्डे कितना घर नूं आनंद कारज बना के आनंद बना रहे ने वो बच्चे शादी भी नहीं कराना चाहते क्यों नहीं कराना चाहते जे कराना चाहते ने तो कह रहे मैं इधर व्याह नहीं कराना उधर व्याह कराना है उधर नहीं उधर कराना है अरेंज मैरिज नहीं करावांगा लव मैरिज करावांगी इस तरीके ना बच्चे गल्ला कर देने फिर कहानी वापस इत्थे ही आएगी आप सवारे मैं मिलिया सुख होए वीर जी कान इधरों फड़ो चारों पासों जिथों मर्जी फड़ लवो सारी प्रॉब्लम असी सोच रहे बच्चों नूं किवें सवारीए असी जिहड़े वड्डे हाँ असी जात पात सिस्टम चलाया होया असी शराब सिस्टम चलाया होया असी जट पापे रामगढ़ी का वितकरा रखिया होया है बच्चा इस तो कन्विंस ही नहीं हो रहा कि तुसी ऐ सीखते हो असी उसनु कन्विंस ही नहीं उन्हें करा पा रहे बिकॉज वी डोंट हैव रोल मॉडल इन फ्रंट ऑफ देम नो इन दैट केस चिल्ड्रन टेक देयर ओन डिसीजन सो आर वी अलाउड देम टू डू दैट टेक देयर डिसीजन व्हिच मे बी अगेंस्ट आवर विल एंड विशेस तुसी ना बच्चियां नु मैनूवर किस तरह करी दया है ਹਾਂਜੀ ਇਹ ਕੁਐਸਚਨ ਰੱਖ ਰਹੇ ਹੋ ਨੋ ਆਈ ਡੋਨਟ ਵਾਂਟ ਟੂ ਮੈਨੇਵਰ ਦਮ ਦੈਟਸ ਨਾਟ ਦ ਵੇ ਆਈ ਵਾਂਟ ਟੂ ਸ਼ੋਰ ਪਲੀਜ਼ ਯੈਸ ਸ਼ੋਰ ਦੈਟਸ ਵੈਰੀ ਦਿਸ ਕੁਐਸਚਨ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਬੱਚਾ ਕੁਝ ਤੁਹਾਡਾ ਗਲਤ ਕਰ ਰਿਹਾ ਹੈ ਐਂਡ ਯੂ ਹੈਵ ਟ੍ਰਾਈਡ ਯੋਰ ਬੈਸਟ ਐਂਡ ਬੱਚਾ ਨਹੀਂ ਮੰਨ ਰਿਹਾ ਇਨਸਟੈਡ ਆਫ ਕ੍ਰੀਏਟਿੰਗ ਕਨਫਲਿਕਟ ਬਿਕੋਜ਼ ਦੈਟ ਇਜ਼ ਅ ਨੈਗੇਟਿਵ ਵੇ ਟੂ ਡੀਲ ਵਿਦ ਇਟ ਲੈਟ ਦਮ ਮੇਕ ਦੇਅਰ ਓਨ ਮਿਸਟੇਕਸ ਲੈਟ ਦਮ ਲਰਨ ਫਰੋਮ ਦੇਅਰ ਮਿਸਟੇਕਸ एक बार गलत करेगा दैन यू कैन सेट डाउन एंड डिस्कस भी देखो असी एवें कह रहे सी भी तुसी जो करोंगे ये गलत होएगा और वो थोड़े नाल होया इफ दिस हैपन्स अगैन इफ यू आर फेस्ड विद दिस सिचुएशन अगैन वुड यू डू दिस अगैन देखो अकॉर्डिंग टू बरियाम सिंह जी ही इज इमोशनल एंड बायोलॉजिकली फादर राइट बायोलॉजिकल फादर और मदर कैन नॉट बेयर दिस कि उन्हों का बच्चा गलत पासे जाए ठीक है मैं समझ रही हूँ इस करके एक क्वेश्चन का इतना इजी आंसर नहीं है कि लेट देम डू व्हाटएवर दे वांट टू डू डिपेंड्स ऑन व्हाट दे वांट टू डू एज वेल जे किसी का बच्चा किसी की बेटी रात नु 2 बजे आवे और उन्हें कपड़े भी ढंग दे ना पाए होन और शराब भी तो आवे तो वो मां प्यो बर्दाश्त कर ही नहीं सकते कि साडे बच्ची इस तरह लेट आवे और इस तरीके ना गलत जगह पब ते डांस करदी मिले मां प्यो नहीं एवरीडे ਉਹਦਾ ਬੁਆਏਫ੍ਰੈਂਡ ਬਦਲ ਜਾਏ ਕੋਈ ਵੀ ਮਾਪਿਓ ਨਹੀਂ ਬਰਦਾਸ਼ਤ ਕਰਨਗੇ ਇਹਦਾ ਮਤਲਬ ਅਸੀਂ ਵਰਿਆਮ ਸਿੰਘ ਜੀ ਨੂੰ ਇਸ ਗੱਲ ਦਾ ਇਸ ਤਰ੍ਹਾਂ ਸੋਲੂਸ਼ਨ ਨਹੀਂ ਦੇ ਪਾਵਾਂਗੇ ਆਪਣੇ ਸਮਾਜ ਨੂੰ ਹੀ ਨਹੀਂ ਦੇ ਪਾਵਾਂਗੇ ਇਹਦਾ ਆਨਸਰ ਇੰਜ ਹਾਂਜੀ ਨੈਕਸਟ ਇੱਕ ਮਿੰਟ ਇੱਕ ਸ਼ਾਇਦ ਵੀਰ ਜੀ ਹੋਰ ਇਹਦੇ ਵਿੱਚ ਕੰਟਰੀਬਿਊਟ ਕਰਨਾ ਚਾਹੁੰਦੇ ਨੇ ਕਿ ਦੇਖੋ ਸਤਿਗੁਰੂ ਰਾਮਦਾਸ ਮਹਾਰਾਜ ਜੈਸੇ ਕੋਈ ਮਹਾਨ ਫਾਦਰ ਨਹੀਂ ਹੋ ਸਕਦੇ ਉਹਨਾਂ ਦੇ ਬੇਟੇ ਸਤਿਗੁਰੂ ਗੁਰੂ ਅਰਜਨ ਸਾਹਿਬ ਵੀ ਨੇ ਉਹਨਾਂ ਦੇ ਬੇਟੇ ਬਾਬਾ ਪ੍ਰਿਥੀ ਚੰਦ ਜੀ ਵੀ ਨੇ
गुरु रामदास महाराज जी की तमाम महान सिक्ख्या महान सिख जड़ी है अंदर सिखी दायरे च पले होने बावजूद भी बाबा पृथ्वी चंद जी की सोच जड़ी सी वो सानू सारा जो लगती है कि अलग सी। इतों तक कि सतगुरु गुरु अर्जन साहब जी की शहादत भी उन्होंने रोल रहा। सो कुछ हमेशा ये कोई दोहरावा नहीं कि असी तो बहुत ऊने हाँ, सानू तो सुधार करना ही करना। साडे चों मैनू नहीं लगता भी कोई भी असी मन सकदा कि असी गुरु साहबां दे आइडियल मुताबक अपनी जिंदगी ज्यो रहे हैं। इसे करके साडे बच्चे गलत जा रहे हैं। यस, ये तो असी मन के ही चलांगे कि असी तो गुरु रामदास महाराज जी दे असी तो उन्हां राहां उत्ते चले ही नहीं हाँ, पर फिर भी जे असी चलते होइए भी जे कुछ गलत हो जाए तो फिर सिक्खी की मर्यादा यही है कि सब कुछ साडे जिवें गुरु भाई साहब ने दस्सिया कि सब कुछ साडे मुताबक नहीं होएगा। मेरा बच्चा ना चोटी का लियाकत वाला बने, हर पेरेंट की इच्छा तो है पर यह मेरे वस में नहीं है, कोशिश हो सकती है तो जे कुछ ना ऐसा हो पर सिख नू रजा ही सिखाई है सतगुरु साहबान ने, रजा च राजी रहना ही सिखाया, कोशिश करते रहना सिखाया, फिर भला होवे बुरा होवे मेरी इज्जत होवे समाज दे विच, ना इज्जत होवे जो गुरु नू पावे। वाह, अपना नाम बोलो। बलजिंदर सिंह। थैंक्स फॉर शेयर। वीर जी, हुण मैं बेनती करा, तुहाडे क्वेश्चन का मैं आंसर शायद ना कर पावां, पर मैनू यह समझ आया जेकर असी वड्डे गुरबाणी अनुसार जीवन जीना शुरू करिए, आप सवारे मैं मिले, गल उत्थे ही खड़ी रहेगी, बैक टू स्क्वेयर वन। आप सवारे मैं मिले, मम्मी पापा दी आपस में ख्याल नहीं मिलते, पर जो आप सवार देने तो दोवां दे ख्याल मिल जाएंगे। मिले हुए ख्यालों वाले मम्मी पापा दा जिहड़ा कुटुंब बनेगा अगों, ए वाला टब्बर, इस टब्बर विच उन्हां दे अपने अंदरले कुटुंब तो फिक्सड अप हन, पर उन्हां दा जिहड़ा बाहरला टब्बर बनेगा इस टब्बर विच बच्चे जीनियस होणगे। जीनियस विवेक बुद्धि वाले गुरमत अनुसार, तो गुरमत अनुसार बच्चा साडा बच्चा टीवी मीडिया बारली कॉलेज दी और स्कूल दी और प्रिंटिंग विच इंटरनेट तो लैके कितने किस्म तो भी कोई भी डिविएट करन वाली कोई भी एक्सप्लॉइट करन वाली ना कुछ संगत नहीं लवेगा, भावें स्कूल जाए भावें कॉलेज जाए भावें टीवी देखे भावें इंटरनेट पर बैठे, वो टॉपल नहीं होएगा। साडा आज का बच्चा, कई माँ प्यो चंगा जीवन जी रहे होंदे ने लेकिन वो उन्हां नाल कन्विंस नहीं होंदा और बार कच्चा कच्ची चीज़ा देख के कितों भी कुसंगत दी मैल लै लैंदा है और वो डिस्टर्ब हो जाता है ना। सानू वो बच्चा लगता है दे मम्मी पापा तो ठीक ने, ये बच्चा कुराए क्यों पै गया, कुसंगत क्यों पै गया। अल्टीमेटली इंडिविजुअल किदे नाल संगत करता है, ऐदे ते आ जाएगी गल। सो इंडिविजुअल किधर ना संगत करता था, फिर तो ब्लेम मेरे से भी आ जाएगा भी तू संगत गुरु की करता है कि नहीं। जे गुरु की करता है तो तू अपना जीवन सवार,